ਦਾ ਨਾਮ ਕਮਲਜੀਤ ਹੈ ਔਰ ਅੰਮ੍ਰਿਤਸਰ ਦੇ ਸ਼ਹਿਰ ਪਿੰਡ ਕੱਥੂ ਨਗਰ ਦੇ ਰਹਿਣ ਵਾਲੇ ਨੇ। ਇਹਨਾਂ ਦੀ ਗਵਾਹੀ ਬਹੁਤ ਹੀ ਮਾਰਵਲਸ ਗਵਾਹੀ ਹੈ, ਬਹੁਤ ਹੀ ਵੱਡੀ ਗਵਾਹੀ ਹੈ ਕਿ ਅਚਾਨਕ ਬੁੱਧਵਾਰ ਇਹਨਾਂ ਦੀ ਬੋਡੀ ਦੇ ਵਿੱਚ ਹਲਚਲ ਸਟਾਰਟ ਹੋਈ। ਹਲੇਲੂਇਆ। ਜਦੋਂ ਇਹਨਾਂ ਦੀ ਬੋਡੀ ਕੰਮ ਕਰਨਾ ਬੰਦ ਕਰ ਗਈ ਤੇ ਕਹਿ ਰਹੇ ਕਿ ਮੇਰੀ ਧੜਕਣ ਕਿ ਜ਼ਿਆਦਾ ਵੱਧ ਗਈ ਸੀ, ਜਿਸ ਦੇ ਕਾਰਨ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਅਟੈਕ ਹੋ ਜਾਏਗਾ। ਔਰ ਰਾਤ ਦਾ ਕਿੰਨਾ ਸਮਾਂ ਸੀ ਜਦੋਂ ਤੁਹਾਡੀ ਬੋਡੀ ਦੇ ਵਿੱਚ ਅਚਾਨਕ ਬਿਮਾਰੀ ਐਂਟਰ ਹੋਈ? ਔਰ 9 ਵਜੇ ਕਹਿ ਰਹੇ ਸੀ ਕਿ ਮੇਰੀ ਧੜਕਣ ਜ਼ਿਆਦਾ ਵੱਧ ਚੁੱਕੀ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਧੜਕਣ ਬਹੁਤ ਤੇਜ਼ ਚੱਲ ਰਹੀ ਹੈ, ਮੈਨੂੰ ਸਾਹ ਲੈਣ ਦੇ ਵਿੱਚ ਬਹੁਤ ਹੀ ਪ੍ਰੋਬਲਮ ਆ ਰਹੀ ਸੀ ਔਰ ਮੈਂ ਕੋਈ ਵੀ ਕੰਮ ਨਹੀਂ ਕਰ ਪਾ ਰਹੀ ਸੀ ਕਿਉਂਕਿ ਮੈਂ ਉੱਠ ਨਹੀਂ ਪੈ ਰਹੀ ਸੀ ਨਾ ਬੈਠ ਪਾ ਰਹੀ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਅਟੈਕ ਹੋ ਰਿਹਾ। ਹਾਲੇਲੂਇਆ। ਇਹ ਬਹੁਤ ਜ਼ਿਆਦਾ ਘਬਰਾ ਗਏ ਕਿ ਮੇਰੇ ਬੱਚੇ ਛੋਟੇ ਆ, ਮੈਨੂੰ ਕੁਛ ਹੋ ਗਿਆ, ਤੁਹਾਡਾ ਕੌਣ ਫੈਮਿਲੀ ਨੂੰ ਕੌਣ ਸੰਭਾਲੇਗਾ? ਫਿਰ ਇਹਨਾਂ ਦੇ ਮਨ ਵਿੱਚ ਆਇਆ ਕਿ ਅਸੀਂ ਪਰਮੇਸ਼ਰ ਦੇ ਦਾਸ ਨੂੰ ਫੋਨ ਕਰੀਏ, ਯਾਦ ਕੀਤਾ ਪਰਮੇਸ਼ਰ ਦੇ ਦਾਸ ਨੂੰ। ਫਿਰ ਇਹਨਾਂ ਆਪਣੀ ਬੇਟੀ ਦੇ ਕੋਲ ਪਰਮੇਸ਼ਰ ਦੇ ਦਾਸ ਨੂੰ ਫੋਨ ਲਗਵਾਇਆ ਔਰ ਪਰਮੇਸ਼ਰ ਦੇ ਦਾਸ ਨੇ ਉਹ ਬਿਮਾਰੀ ਨੂੰ ਡਾਂਟਿਆ ਔਰ ਨਿਕਾਲਿਆ ਕਿ ਯਿਸੂ ਦੀ ਸਾਮਰਥੀ ਨਾਮ ਦੇ ਵਿੱਚ ਮੈਂ ਕਮਾਂਡ ਕਰਦਾ, ਇਹ ਵਧਿਆ ਬੀਪੀ ਨੋਰਮਲ ਸਥਿਤੀ ਵਿੱਚ ਹੋ ਜਾਏ। ਤੋ ਜਦੋਂ ਇਹਨਾਂ ਨੇ ਡਾਕਟਰਾਂ ਦੇ ਕੋਲ ਅਗਲੇ ਦਿਨ ਜਾ ਕੇ ਟੈਸਟ ਕਰਵਾਇਆ ਔਰ ਡਾਕਟਰ ਬੋਲ ਰਹੇ ਸੀ ਤੁਹਾਨੂੰ ਅਟੈਕ ਹੋ ਸਕਦਾ ਸੀ, ਤੁਹਾਡੀ ਮੌਤ ਵੀ ਹੋ ਸਕਦੀ ਸੀ ਕਿਉਂਕਿ ਤੁਹਾਡਾ ਬੀਪੀ ਕਾਫੀ ਵੱਧ ਚੁੱਕਾ ਸੀ। ਰਿਪੋਰਟਾਂ ਜਦੋਂ ਇਹਨਾਂ ਨੇ ਕਰਵਾਈਆਂ, ਡਾਕਟਰ ਦੇ ਕੋਲ ਪੁੱਛਿਆ ਕਿ ਮੇਰੀ ਧੜਕਣ ਇੱਦਾਂ ਵੱਧ ਚੁੱਕੀ ਸੀ ਤੇ ਕੀ ਪ੍ਰੋਬਲਮ ਹੋ ਸਕਦੀ ਹੈ? ਜਦੋਂ ਡਾਕਟਰ ਦੇ ਕੋਲ ਗਏ ਤੇ ਡਾਕਟਰਾਂ ਨੇ ਕਿਹਾ ਕਿ ਤੁਹਾਨੂੰ ਅਟੈਕ ਹੋਣਾ ਸੀ ਔਰ ਪਰਮੇਸ਼ਰ ਨੇ ਉਸ ਅਟੈਕ ਨੂੰ ਕੀ ਹੈ ਖਤਮ ਕੀਤਾ। ਕਿਸਦੇ ਦੁਆਰਾ? ਆਪਣੇ ਦਾਸ ਦੇ ਦੁਆਰਾ। ਜ਼ੋਰਦਾਰ ਤਾਲੀਆਂ ਜ਼ਿੰਦਾ ਖੁਦਾ ਦੇ ਲਈ ਔਰ ਦਾਸ ਦੇ ਲਈ, ਕਿਉਂਕਿ ਜਿਹੜੇ ਦਿਨ ਰਾਤ ਸਾਡੇ ਲਈ ਪ੍ਰਾਰਥਨਾ ਕਰਦੇ ਆ, ਜਦੋਂ ਉਹਨਾਂ ਨੇ ਫੋਨ ਤੇ ਉੱਤੇ ਇਹਨਾਂ ਦੀ ਪ੍ਰਾਰਥਨਾ ਕੀਤੀ, ਇਹ ਭੈਣ ਬਿਲਕੁਲ ਨਾਰਮਲ ਹੈ, ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ, ਇਹ ਬਿਲਕੁਲ ਠੀਕ ਹੈ। ਕਿੰਨੇ ਦਿਨ ਹੋ ਚੁੱਕੇ ਤੁਸੀਂ ਬਿਲਕੁਲ ਠੀਕ ਹੋ? 5 ਦਿਨ ਹੋ ਚੁੱਕੇ ਬਿਲਕੁਲ ਠੀਕ ਹੈ। ਸਾਡੀ ਕੋਈ ਧੜਕਣ ਨਹੀਂ ਨਿਵਾਸੀ, ਕੋਈ ਬੀਪੀ ਨਿਵਾਸਾ, ਬਿਲਕੁਲ ਠੀਕ ਹੋ। ਹੁਣ ਤੁਹਾਨੂੰ ਕਿਹੜੇ ਕੰਮ ਕਰਨ ਦੇ ਵਿੱਚ ਪਹਿਲਾਂ ਔਖਾ ਨਹੀਂ ਸੀ? ਇੱਕ ਪਾਸਾ ਤੁਹਾਡਾ ਖਲੋ ਰਿਹਾ ਸੀ, ਤੁਹਾਨੂੰ ਲੱਗ ਰਿਹਾ ਸੀ ਮੇਰਾ ਪਾਸਾ ਕੀ ਹੈ ਖਲੋ ਗਿਆ, ਕੰਮ ਨਹੀਂ ਕਰ ਰਿਹਾ ਸੀ। ਹੁਣ ਤੁਸੀਂ ਆਪਣੀ ਬਾਂਹ ਨੂੰ ਹਿਲਾ ਕੇ ਦੱਸੋ, ਬੈਠ ਕੇ ਦੇਖੋ, ਉੱਠ ਕੇ ਦੇਖੋ, ਤਾਰੀਫ ਕਰੋ ਇੱਕ ਵਾਰ ਜ਼ੋਰ ਸੇ ਪਰਮੇਸ਼ਰ ਕੀ। ਪਰਮੇਸ਼ਰ ਨੇ ਇਸ ਭੈਣ ਨੂੰ ਅਟੈਕ ਦੀ ਬਿਮਾਰੀ ਤੋਂ ਬਚਾਇਆ, ਪਰਮੇਸ਼ਰ ਦਾ ਧੰਨਵਾਦ ਕਰੋ। ਉਹ ਆਪਣਾ ਵਚਨ ਚੱਲ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਔਰ ਵੱਡੇ ਵੱਡੇ ਕੰਮ ਕਰਨ ਦੀ ਸਾਮਰਥ ਰੱਖਦਾ ਹੈ। ਹਾਲੇਲੂਇਆ। ਤਾਰੀਫ ਕਰੇ ਇੱਕ ਵਾਰ ਜ਼ੋਰ ਸੇ, ਹਾਲੇਲੂਇਆ।